ਜੰਮੂ ਕਸ਼ਮੀਰ ਦੇ ਪੁਲਿਸ ਮੁਖੀ ਐਸਪੀ ਵੈਦ ਨੂੰ ਵੀਰਵਾਰ ਬੀਤੀ ਰਾਤ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੂੰ ਸੂਬੇ ਦੇ ਪੁਲਿਸ ਮੁਖੀ ਦਾ ਹੋਰ ਚਾਰਜ ਸੌਂਪਿਆ ਗਿਆ ਹੈ। ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਵੱਲੋਂ 1986 ਬੈਚ ਦੇ IPS ਅਧਿਕਾਰੀ ਵੈਦ ਦਾ ਤਬਾਦਲਾ ਟ੍ਰੈਫਿਕ ਕਮਿਸ਼ਨਰ ਦੇ ਅਹੁਦੇ ਤੇ ਕੀਤਾ ਗਿਆ ਹੈ। ਇੱਕ ਸਥਾਈ ਵਿਵਸਥਾ ਹੋਣ ਤੱਕ 1987 ਬੈਚ ਦੇ IPS ਅਧਿਕਾਰੀ ਅਤੇ ਕਾਰਗਰ ਵਿਭਾਗ ਦੇ ਮੁਖੀ ਦਿਲਬਾਗ ਸਿੰਘ ਇਸ ਅਹੁਦੇ ਦਾ ਹੋਰ ਚਾਰਜ ਸੰਭਾਲਣਗੇ। ਸੂਤਰਾਂ ਮੁਤਾਬਕ ਮੰਨਿਆ ਜਾ ਰਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਜੰਮੂ ਕਸ਼ਮੀਰ ਵਿੱਚ ਲਗਾਤਾਰ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਨਾਲ ਨਿਪਟਣ ਦੇ ਤਰੀਕੇ ਨੂੰ ਲੈ ਕੇ DGP SP ਵੈਦ ਤੋਂ ਖੁਸ਼ ਨਹੀਂ ਸਨ, ਜਿਸ ਲਈ ਉਹਨਾਂ ਦਾ ਤਬਾਦਲਾ ਕੀਤਾ ਗਿਆ।